23 ਜੁਲਾਈ ਨੂੰ ਹੋ ਰਿਹਾ ਜੀ ਐਤਵਾਰ ਵਾਲੇ ਦਿਨ ਨਾਰਥ ਡੈਲਟਾ ਕੰਟਰੀ ਸਕੂਲ ਆ ਜਿਹੜਾ ਉਸ ਤੇ ਵਿੱਚ ਹੋ ਰਿਹਾ ਸ਼ਾਮੀ 4 ਵਜੇ ਗੇਟ ਓਪਨ ਹੋਏਗਾ उसकी बैठना शुरू होगा सवा चार बजे पेश इंट्रोडक्शन दैन उम्मीद है कि फोर थर्टी नाटक शुरू कर देंगे लेकिन लोगों को उम्मीद है कि जो तो पास लै लो सारे लोगों ने पास लै लोस्टेंट पास टिकट नहीं है मेक श्योर कि जिनके लिए पास लाए ਉਨ ਲੋਕੀ ਆ ਰਹੇ ਨੇ ਜੇ ਤੁਹਾਨੂੰ ਲੱਗਦਾ ਕਿਸੇ ਦਾ ਕੋਈ ਵਿਆਹ ਦਾ ਸਮਾਗਮ ਵਿੱਚੋਂ ਆ ਗਿਆ ਉਹ ਪਾਸੇਸ ਤੁਸੀਂ ਵਾਪਸ ਕਰ ਸਕਦੇ ਹੋ ਤਾਂ ਕਿ ਪ੍ਰਬੰਧਕ ਕਿਸੇ ਹੋਰ ਨੂੰ ਦੇ ਸਕਣ ਤੇ ਜਿਨ੍ਹਾਂ ਨੇ ਨਹੀਂ ਲਏ ਉਹ ਇੰਦਾ ਵੇਟ ਨਾ ਕਰਨ ਕਿ ਅਸੀਂ ਕੋਈ ਗੱਲ ਨਹੀਂ ਹਾਲੇ ਦਿਨ ਬਹੁਤ ਪਏ ਆ ਕਿਉਂਕਿ ਪਾਸੇਜ ਜੇ ਖਤਮ ਹੋ ਗਏ ਤਾਂ ਫਿਰ ਸੌਰੀ ਕਰਨ ਉਹ ਬਹੁਤ ਔਖਾ ਲੱਗਦਾ ਜੀ ਐਕਸਾਈਟਮੈਂਟ ਲੋਕਾਂ ਬਹੁਤ ਨੇ ਬਹੁਤ ਸਾਰੇ ਲੋਕੀ ਦੇਖਣਾ ਚਾਹੁੰਦੇ ਨੇ ਉਮੀਦ ਹੈ ਕਿ 650 ਦਾ ਹਾਲ ਜਿਹੜਾ ਉਹ ਭਰੇਗਾ ਹੋ ਸਕਦਾ ਕੁਝ ਲੋਕੀ ਪ੍ਰਬੰਧਕ ਤਾਂ ਹੁਣੇ ਤਿਆਰ ਹੋ ਗਏ ਨੇ 25 30 ਜਣੇ ਨੇ ਉਹ ਕਿ ਅਸੀਂ ਸ਼ਾਇਦ ਖੜ ਕੇ ਦੇਖਾਂਗੇ ਨਾਟਕ ਨੂੰ ਸੋ ਲੋਕੀ ਜ਼ਰੂਰ ਪ ਨੰਬਰ ਜਿਹੜੇ ਹੈਗੇ ਨੇ ਉਹ ਪੋਸਟਰ ਦੇ ਉੱਤੇ ਵੀ ਨੰਬਰ ਦਿੱਤੇ ਗਏ ਨੇ ਬਿਲਕੁਲ ਜੀ ਸੋ 23 ਤਰੀਕ ਵਾਲੇ ਦਿਨ ਸ਼ਾਮ ਨੂੰ 4 ਵਜੇ ਦਾ ਟਾਈਮ ਜਿਹੜਾ ਹੈਗਾ ਉਹ ਨੋਟ ਕਰ ਲਿਆ ਜਾਵੇ ਨੌਖ ਦਲਤਾ ਸਕੈਂਡਰੀ ਸਕੂਲ ਦੇ ਵਿੱਚ ਹੈਗਾ ਜਿਹੜਾ ਕਿ 11447 82 ਐਵੇਨਿਊ ਦਲਤਾ ਦੇ ਵਿੱਚ ਤੇ ਉੱਥੇ ਜਾਇਆ ਜਾ ਸਕਦਾ ਫ੍ਰੀ ਐਂਟਰੀ ਆ ਪਰ ਪਾਸਸੇ ਦੀ ਲੋੜ ਹੈਗੀ ਹੈ ਜੈ ਬ੍ਰਿਧੀ ਨੂੰ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ ਹੈ 7788787473 778 878 74 73 ਤੇ ਫੋਨ ਕੀਤਾ ਜਾ ਸਕਦਾ ਹੈ ਈਮੇਲ ਵੀ ਤੁਸੀਂ ਜਿਹੜੀ ਨੋਟ ਕਰ ਸਕਦੇ ਆ jaybirti@chetna.ca ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਦੇ ਵੱਲੋਂ ਲੱਛੂ ਕਬਾੜੀਆ ਜਿਹੜਾ ਇਹ ਨਾਟਕ ਤੁਹਾਡੇ ਤੱਕ ਲੈ ਕੇ ਆਂਦਾ ਜਾ ਰਿਹਾ ਤੇ ਲੇਖਕ ਨਿਰਦੇਸ਼ਕ ਤੇ ਅਦਾਕਾਰ ਹੋਣਗੇ ਡਾਕਟਰ ਸਾਹਿਬ ਸਿੰਘ